respected dignitaries and participants present in the webinar satriya kal main jasunder singh dm math jalandhar ajj tuhanu vibhag vallon pesh kiti ja rahi ek bahut hi prabhavshali app de bare dassanga jehdi ki bahut hi jald aap de samne hovegi jisda naam hai punjab edu care is app diyan visheshtaavan han jive free access to all ਕਿਸੇ ਤਰ੍ਹਾਂ ਦੀ ਲੌਗਇਨ ਦੀ ਜ਼ਰੂਰਤ ਨਹੀਂ ਹੋਵੇਗੀ ਇਹ ਐਪ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਬਹੁਤ ਹੀ ਅਮੇਜ਼ਿੰਗ ਟੂਲ ਹੋਵੇਗੀ ਇਸ ਐਪ ਦੀ ਜ਼ਰੂਰਤ ਕਿਉਂ ਪਈ ਇਹ ਮਹਾਮਾਰੀ ਕੋਵਿਡ 19 ਦੇ ਦੌਰ ਵਿੱਚ ਲਾਕਡਾਊਨ ਨੂੰ ਦੇਖਦੇ ਹੋਏ ਇਹ ਐਪ ਇੱਕ ਵਨ ਸਟਾਪ ਸੋਲੂਸ਼ਨ ਪ੍ਰਦਾਨ ਕਰਦੀ ਹੈ ਇਸ ਵਿੱਚ ਕਿਤਾਬਾਂ ਵੀਡੀਓ ਲੈਕਚਰਸ ਡੇਲੀ ਅਸਾਈਨਮੈਂਟਸ ਵਰਗੇ ਹੋਰ ਵੀ ਵਿਦਿਅਕ ਮਟੀਰੀਅਲ ਬੜੇ ਹੀ ਸਿਸਟਮੈਟਿਕ ਤੰਗ ਦੇ ਨਾਲ ਅਰੇਂਜ ਕੀਤਾ ਗਿਆ ਹੈ ਇਹ ਐਪ ਚਲਾਉਣ ਦੇ ਵਿੱਚ ਬਹੁਤ ਹੀ ਆਸਾਨ ਹੈ ਇਸ ਵਿੱਚ ਅੱਜ ਤੱਕ 6ਵੀਂ ਤੋਂ 10ਵੀਂ ਤੱਕ ਦੇ ਮੇਜਰ ਵਿਸ਼ੇ ਦਰਜ ਕੀਤੇ ਗਏ ਹਨ ਪੰਜਾਬੀ ਹਿੰਦੀ ਅੰਗਰੇਜ਼ੀ ਗਣਿਤ ਸਾਇੰਸ ਅਤੇ ਸਮਾਜਿਕ ਸਿੱਖਿਆ ਇਹ ਐਪ ਵਿੱਚ ਰੋਜ਼ਾਨਾ ਅੱਜ ਦਾ ਸ਼ਬਦ ਉਡਾਨ ਅਤੇ ਵਿਭਾਗ ਵੱਲੋਂ ਭੇਜੀ ਜਾ ਰਹੀ ਹੋਰ ਸਮਗਰੀ ਰੋਜ਼ਾਨਾ ਅਪਡੇਟ ਕੀਤੀ ਜਾਂਦੀ ਹੈ ਇਸ ਜਿਹੜੀ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਸਮਾਂ ਬਚਾਉਂਦੀ ਹੈ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਾਰਾ ਹੀ ਮਟੀਰੀਅਲ WhatsApp ਰਾਹੀਂ ਭੇਜਿਆ ਜਾ ਰਿਹਾ ਸੀ ਜਿਸ ਨੂੰ ਇੰਨੇ ਮੈਸੇਜੇਸ ਵਿੱਚੋਂ ਲੱਭਣਾ ਬੜਾ ਹੀ ਮੁਸ਼ਕਲ ਕੰਮ ਸੀ ਜਿਹੜਾ ਕਿ ਇਸ ਐਪ ਰਾਹੀਂ ਹੁਣ ਆਸਾਨ ਹੋ ਜਾਵੇਗਾ ਇਸ ਐਪ ਦੀ ਵਿਸ਼ੇਸ਼ਤਾ ਇਹ ਵੀ ਹੈ ਕਿ ਐਪ ਵਿਭਾਗ ਦੇ ਹੀ ਅਧਿਆਪਕਾਂ ਦੁਆਰਾ ਤਿਆਰ ਕੀਤੀ ਗਈ ਹੈ ਅਤੇ ਅਧਿਆਪਕ ਹੀ ਇਸ ਨੂੰ ਰੋਜ਼ਾਨਾ ਅਪਡੇਟ ਕਰ ਰਹੇ ਹਨ ਇਸ ਐਪ ਦੀ ਵਰਕਿੰਗ ਕੀ ਹੋਵੇਗੀ ਇਸ ਬਾਰੇ ਹੋਰ ਜਾਣਕਾਰੀ ਦੇਣਗੇ ਮੇਰੇ ਸਾਥੀ ਸ਼੍ਰੀ ਦੀਪਕ ਮਾਰ ਜੀ ਓਵਰ ਟੂ ਦੀਪਕ ਮਾਰ ਮੈਂ ਦੀਪਕ ਮਾਰ ਬੀ ਐਮ ਮੈਥ ਜਲੰਧਰ ਆਪ ਜੀ ਨੂੰ ਅੱਜ ਵਿਭਾਗ ਵੱਲੋਂ ਲਾਂਚ ਕੀਤੀ ਜਾ ਰਹੀ ਨਵੀਂ ਐਪ ਪੰਜਾਬ ਐਜੂਕੇਅਰ ਐਪ ਤੇ ਸੰਬੰਧੀ ਜਾਣਕਾਰੀ ਦੇਵਾਂਗਾ ਲਾਂਚ ਕਰਨ ਉਪਰੰਤ ਜਦੋਂ ਤੁਸੀਂ ਇਹ ਐਪ Google Play Store ਤੋਂ ਡਾਊਨਲੋਡ ਕਰੋਗੇ ਅਤੇ ਇੰਸਟਾਲ ਕਰੋਗੇ ਤਾਂ ਇਸ ਪ੍ਰਕਾਰ ਦਾ ਆਈਕਨ ਤੁਹਾਡੇ ਮੋਬਾਈਲ ਦੀ ਸਕਰੀਨ ਤੇ ਬਣੇਗਾ ਤੁਸੀਂ ਜਦੋਂ ਹੀ ਇਸ ਆਈਕਨ ਤੇ ਕਲਿੱਕ ਕਰੋਗੇ ਤਾਂ ਸਭ ਤੋਂ ਪਹਿਲਾਂ ਆ ਸਕਰੀਨ ਸਾਡੇ ਸਾਹਮਣੇ ਆਏਗੀ ਉਸ ਤੋਂ ਉਪਰੰਤ ਇਹ ਸਾਡਾ ਮੋਬਾਈਲ ਦਾ ਪਹਿਲਾ ਪੇਜ ਹੈ ਜੀ ਇਹਦੇ ਵਿੱਚ ਸਭ ਤੋਂ ਪਹਿਲਾਂ ਟੀਚਰਸ ਸਟੇਸ਼ਨ ਸਟੂਡੈਂਟਸ ਕੋਰਨਰ ਅੱਜ ਦਾ ਸ਼ਬਦ ਉਡਾਨ ਜੂਅ ਸੁਜੈਸ਼ਨ ਅਬਾਊਟ ਅਸ ਆਦੀ ਮੁੱਖ ਬਟਨ ਦਿੱਤੇ ਗਏ ਹਨ ਆਉਣ ਵਾਲੇ ਸਮੇਂ ਦੇ ਵਿੱਚ ਵਿਭਾਗ ਬਲੋਂ ਨਮੀਆਂ ਨਮੀਆਂ ਅਪਡੇਟ ਕੀਤੀਆਂ ਜਾਣਗੀਆਂ ਜਿਸ ਨਾਲ ਇਹਨਾਂ ਵਿੱਚ ਕੁਝ ਬਦਲਾਅ ਆਉਣ ਦੀ ਵੀ ਉਮੀਦ ਹੈ ਆਓ ਇਹਨਾਂ ਸੰਬੰਧੀ ਵਿਸਤਾਰਪੂਰਵਕ ਜਾਣਕਾਰੀ ਪ੍ਰਾਪਤ ਕਰਿਏ ਸਭ ਤੋਂ ਪਹਿਲਾਂ ਟੀਚਰ ਸਟੇਸ਼ਨ ਜਦੋਂ ਅਸੀਂ ਟੀਚਰਸ ਸੰਬੰਧੀ ਗੱਲ ਕਰਦੇ ਹਾਂ ਤਾਂ ਉਸ ਦਾ ਵਿਸ਼ਾ ਸਾਹਮਣੇ ਆਉਂਦਾ ਹੈ ਪਾਪ ਕਿ ਟੀਚਰ ਕਿਸ ਵਿਸ਼ੇ ਦਾ ਹੈ ਜੀ ਜਦੋਂ ਅਸੀਂ ਟੀਚਰ ਸਟੇਸ਼ਨ ਤੇ ਕਲਿੱਕ ਕਰਾਂਗੇ ਤੇ ਸਾਡੇ ਸਾਹਮਣੇ ਸਕਰੀਨ ਆਏਗੀ ਸਿਲੈਕਟ ਯੂਅਰ ਸਬਜੈਕਟ ਪਾਪ ਤੁਸੀਂ ਕਿਹੜੇ ਵਿਸ਼ੇ ਦੇ ਟੀਚਰ ਹੋ ਉਹ ਵਿਸ਼ੇ ਦੇ ਸਾਹਮਣੇ ਆਪ ਜੀ ਨੂੰ ਕਲਿੱਕ ਕਰਨਾ ਪਵੇਗਾ ਪਾਪ ਮੈਥ ਸਾਇੰਸ ਸੋਸਟਡੀ ਪੰਜਾਬੀ ਹਿੰਦੀ ਇੰਗਲਿਸ਼ ਮੈਂ ਆਪ ਜੀ ਨੂੰ ਇੱਥੇ ਦੱਸਣਾ ਚਾਹਾਂਗਾ ਕਿ ਇਸ ਸਮੇਂ ਇਸ ਵਿੱਚ 6ਵੀਂ ਤੋਂ 10ਵੀਂ ਅਤੇ 6 ਵਿਸ਼ੇ ਹੀ ਕਵਰ ਕੀਤੇ ਗਏ ਹਨ ਵਿਭਾਗ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਉਪਰਾਲੇ ਕੀਤੇ ਜਾ ਰਹੇ ਹਨ ਕਿ ਇਸ ਵਿੱਚ ਬਾਕੀ ਦੇ ਵਿਸ਼ੇ ਅਤੇ ਬਾਕੀ ਦੀਆਂ ਕਲਾਸਾਂ ਵੀ ਐਡ ਕੀਤੀਆਂ ਜਾਣ ਅਧਿਆਪਕ ਜਦੋਂ ਇਹਨਾਂ ਵਿਸ਼ਿਆਂ ਵਿੱਚੋਂ ਕਿਸੇ ਇੱਕ ਵਿਸ਼ੇ ਤੇ ਕਲਿੱਕ ਕਰੇਗਾ ਮੰਨ ਲਓ ਅਧਿਆਪਕ ਨੇ ਗਣਿਤ ਮੈਥ ਵਿਸ਼ੇ ਤੇ ਕਲਿੱਕ ਕੀਤਾ ਤਾਂ ਉਸ ਦੇ ਸਾਹਮਣੇ ਸਕਰੀਨ ਆਏਗੀ ਕਿ ਤੁਸੀਂ ਗ੍ਰਿਤ ਜੋ ਹੈ ਉਹ ਕਿਸ ਕਲਾਸ ਦਾ ਲੈਣਾ ਚਾਹੁੰਦੇ ਹੋ ਤੇ ਉਹ ਕੋਈ ਵੀ ਕਲਾਸ 6ਵੀਂ ਤੋਂ 10ਵੀਂ ਤੱਕ ਦੀ ਸਿਲੈਕਟ ਕਰ ਸਕਦਾ ਹੈ ਜੀ ਮੰਨ ਲਓ ਅਧਿਆਪਕ ਨੇ ਹਿਸਾਬ ਦੇ ਅਧਿਆਪਕ ਨੇ 10ਵੀਂ ਕਲਾਸ ਸਿਲੈਕਟ ਕੀਤੀ ਹੈ ਇਸ ਦਾ ਮੇਰਾ ਮਤਲਬ ਹੈ ਕਿ ਸਾਡੇ ਸਾਹਮਣੇ ਜੋ ਸਕਰੀਨ ਆਏਗੀ ਉਹ ਹਿਸਾਬ ਦੀ 10ਵੀਂ ਕਲਾਸ ਦੀ ਸਕਰੀਨ ਆਏਗੀ ਜੀ ਆਓ ਅਸੀਂ ਇਸ ਸਕਰੀਨ ਬਾਰੇ ਜਾਣਕਾਰੀ ਪ੍ਰਾਪਤ ਕਰਿਏ ਇਸ ਵਿੱਚ ਸਭ ਤੋਂ ਪਹਿਲਾਂ ਮੈਥ ਅਸਾਈਨਮੈਂਟ ਮੁਖ ਦਫਤਰ ਬਣੋ ਹਰ ਰੋਜ਼ ਹਿਸਾਬ ਅਸ਼ੇਦੀ ਇੱਕ ਅਸਾਈਨਮੈਂਟ ਸ਼ੀਟ ਕਲਾਸ ਵਾਈਜ਼ ਬਣਾ ਕੇ ਦਿੱਤੀ ਜਾਂਦੀ ਹੈ ਉਹ ਸਾਰੀਆਂ ਦੀਆਂ ਸਾਰੀਆਂ ਸ਼ੀਟਾਂ ਇਸ ਵਿੱਚ ਸ਼ਾਮਲ ਕੀਤੀਆਂ ਗਈਆਂ ਹਨ ਭਾਪ ਆਪ ਜੀ ਤੋਂ ਵਿਦਿਆਰਥੀ ਕੋਈ ਪਿਛਲੇ ਦਿਨ ਦੀ ਜੋ ਪਿਛਲੇ ਮਹੀਨੇ ਦੀ ਸ਼ੀਟ ਦੀ ਮੰਗ ਦੁਆਰਾ ਕਰਦਾ ਹੈ ਤਾਂ ਤੁਸੀਂ ਇਹਦੇ ਵਿੱਚੋਂ ਡਾਊਨਲੋਡ ਕਰਕੇ ਉਸ ਨੂੰ ਦੁਆਰਾ ਸ਼ੇਅਰ ਕਰ ਸਕਦੇ ਹੋ ਬੜੀ ਈਜੀ ਇਸੇ ਤਰ੍ਹਾਂ ਹਿਸਾਬ ਦੀ ਡਿਕਸ਼ਨਰੀ ਦਾ ਇੱਕ ਵਰਡ ਰੋਜ਼ ਵਿਭਾਗ ਨੂੰ ਤਿਆਰ ਕਰਕੇ ਦਿੱਤਾ ਜਾਂਦਾ ਹੈ ਉਹ ਸਾਰੇ ਦੇ ਸਾਰੇ ਵਰਡ ਜੋ ਇਸ ਵਿੱਚ ਸ਼ਾਮਲ ਕੀਤੇ ਗਏ ਹਨ ਹੁਣ ਅਸੀਂ ਅੱਗੇ ਵਧਦੇ ਹਾਂ ਜਦੋਂ ਅਸੀਂ ਕਿਸੇ ਕਲਾਸ ਦੀ ਗੱਲ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਸਾਨੂੰ ਸਿਲੇਬਸ ਦੀ ਲੋੜ ਹੁੰਦੀ ਹੈ ਅਸੀਂ ਇੱਥੇ ਸਿਰਫ ਇੱਕ ਵਿਸ਼ੇ ਦੀ ਇੱਕ ਕਲਾਸ ਦੀ ਗੱਲ ਕਰ ਰਹੇ ਹਾਂ 10ਵੀਂ ਦੇ ਮੈਥ ਵਿਸ਼ੇ ਦੀ ਸਭ ਤੋਂ ਪਹਿਲਾਂ ਇਹਦਾ ਸਿਲੇਬਸ ਮਿਲੇਗਾ ਜੀ ਫਿਰ ਇਸ ਨਾਲ ਸੰਬੰਧਿਤ ਜੋ ਸਾਡੀਆਂ ਪਾਠ ਪੁਸਤਕਾਂ ਟੈਸਟ ਬੁਕਸ ਹਨ ਉਹ ਮਿਲਣਗੀਆਂ ਜੀ ਫਿਰ ਇਹਦੇ ਅੰਦਰ ਵੀਡੀਓ ਮਟੀਰੀਅਲ ਸਾਨੂੰ ਮਿਲੇਗਾ ਜਿੰਨੇ ਵੀ ਚੈਪਟਰ ਹੈ ਚੈਪਟਰ ਦੇ ਵਿੱਚ ਜਿੰਨੀਆਂ ਵੀ ਐਕਸਰਸੇਜ਼ ਹਨ ਉਹਨਾਂ ਨਾਲ ਸੰਬੰਧਿਤ ਸਾਡੇ ਹੀ ਅਧਿਆਪਕਾਂ ਦੁਆਰਾ ਤਿਆਰ ਕੀਤੀਆਂ ਗਈਆਂ ਵੀਡੀਓ ਇਸ ਵਿੱਚ ਦਰਜ ਕੀਤੀਆਂ ਗਈਆਂ ਹਨ ਇਸ ਤੋਂ ਬਾਅਦ ਐਜੂ ਸੈਟ ਦੇ ਲੈਕਚਰ ਜੋ ਕਿ ਸਾਡੇ ਵਿਭਾਗ ਦੁਆਰਾ ਸਾਡੇ ਅਧਿਆਪਕਾਂ ਦੁਆਰਾ ਜੋ ਐਜੂ ਸੈਟ ਤੇ ਇਸ ਕਲਾਸ ਦੇ ਲੈਕਚਰ ਰਿਕਾਰਡ ਕੀਤੇ ਗਏ ਹਨ ਉਹ ਵੀ ਇਸ ਵਿੱਚ ਦਰਜ ਕੀਤੇ ਗਏ ਹਨ ਸੋਲੂਸ਼ਨ ਸਾਡੇ ਅਧਿਆਪਕਾਂ ਦੁਆਰਾ ਵੱਖ-ਵੱਖ ਐਕਸਰਸੇਜ਼ਾਂ ਦੇ ਸੋ ਉਹ ਵੀ ਸੋਲੂਸ਼ਨ ਹਲ ਤਿਆਰ ਕਰਕੇ ਸਾਨੂੰ ਦਿੱਤੇ ਗਏ ਹਨ ਉਹ ਇਹਦੇ ਵਿੱਚ ਅਪਲੋਡ ਕੀਤੇ ਗਏ ਹਨ ਮੁੱਖ ਦਫ਼ਤਰ ਵੱਲੋਂ ਪ੍ਰਾਪਤ ਵਰਕਸ਼ੀਟਾਂ ਇਸ ਵਿੱਚ ਦਰਜ ਕੀਤੀਆਂ ਗਈਆਂ ਹਨ ਟੈਸਟ ਇਸ ਵਿੱਚ ਟੈਸਟ ਦੀ ਹਾਰਡ ਕਾਪੀ ਦਿੱਤੀ ਗਈ ਹੈ ਤਾਂ ਜੋ ਇੱਕ ਚੈਪਟਰ ਖਤਮ ਹੋਣ ਤੋਂ ਬਾਅਦ ਜਾਂ ਇੱਕ ਐਕਸਰਸਾਈਜ਼ ਖਤਮ ਹੋਣ ਤੋਂ ਬਾਅਦ ਤੁਸੀਂ ਵਿਦਿਆਰਥੀ ਨੂੰ ਦਾ ਟੈਸਟ ਲੈ ਸਕੋ ਆਨਲਾਈਨ ਕੁਇਜ਼ ਇਸ ਵਿੱਚ ਆਨਲਾਈਨ ਕੁਇਜ਼ ਵੀ ਬਣਾ ਕੇ ਚੈਪਟਰ ਵਾਈਜ਼ ਪਾਈ ਗਈਆਂ ਹਨ ਤਾਂ ਜੋ ਵਿਦਿਆਰਥੀ ਇੱਕ ਇੱਕ ਚੈਪਟਰ ਤੋਂ ਕਰਨ ਤੋਂ ਪਹਿ ਆਪਣੇ ਆਪ ਆਪਣੀ ਅਸੈਸਮੈਂਟ ਕਰ ਸਕੇ ਤੇ ਉਸ ਨੂੰ ਉਸੇ ਟਾਈਮ ਹੀ ਉਸਦੇ ਮਾਰਕਸ ਜੋ ਹੈ ਉਹ ਪ੍ਰਾਪਤ ਹੋ ਜਾਣਗੇ ਮੈਥ ਪ੍ਰੈਕਟੀਕਲ ਇਸ ਵਿੱਚ ਮੈਥ ਦੀਆਂ ਪ੍ਰੈਕਟੀਕਲ ਜਾਂ ਕਿਰਿਆਵਾਂ ਵੀ ਸ਼ਾਮਲ ਕੀਤੀਆਂ ਗਈਆਂ ਹਨ ਵਿਦਿਕ ਮੈਥ ਮੈਥ ਐਕਟੀਵਿਟੀ ਦੇ ਨਾਲ ਸੰਬੰਧਿਤ ਵੀਡੀਓ ਇਸ ਵਿੱਚ ਸ਼ਾਮਲ ਕੀਤੀਆਂ ਹਨ ਆਪ 10ਵੀਂ ਕਲਾਸ ਦੇ ਮੈਥ ਨਾਲ ਸੰਬੰਧਿਤ ਜਿੰਨਾ ਵੀ ਸਮਗਰੀ ਸਾਡੇ ਕੋਲ ਉਪਲਬਧ ਹੈ ਉਹ ਇਸ ਵਿੱਚ ਦਰਜ ਕੀਤੀ ਗਈ ਹੈ ਇੱਥੇ ਇੱਕ ਧਿਆਨ ਦੇਣ ਜੋ ਗੱਲ ਹੈ ਜੀ ਹਰ ਪੇਜ ਦੇ ਨੀਚੇ ਇੱਕ ਟੈਬ ਬਣੀ ਹੋਏਗੀ this page monitored by ਭਾਵ ਹਰ ਪੇਜ ਕਿਸੇ ਨਾ ਕਿਸੇ ਅਧਿਆਪਕ ਜਾਂ ਕਰਮਚਾਰੀ ਨੂੰ ਅਸਾਈਨ ਕੀਤਾ ਗਿਆ ਹੈ ਉਹ ਅਧਿਆਪਕ ਵਾਚ ਕਰਦਾ ਹੈ ਕਿ ਉਪਰੋਕਤ ਟੈਬਸ ਦੇ ਵਿੱਚ ਜੋ ਮਟੀਰੀਅਲ ਲੱਗਾ ਹੈ ਉਹ ਸਹੀ ਹੈ ਉਹ ਇਸ ਕਲਾਸ ਨਾਲ ਹੀ ਸੰਬੰਧਿਤ ਹੈ ਚੰਗਾ ਮਟੀਰੀਅਲ ਮਿਲਣ ਤੇ ਉਹ ਇਸ ਵਿੱਚ ਸ਼ਾਮਲ ਕਰਦਾ ਹੈ ਅਤੇ ਜੇਕਰ ਕਿਸੇ ਮਟੀਰੀਅਲ ਵਿੱਚ ਕੋਈ ਕਮੀ ਰਹਿ ਜਾਂਦੀ ਹੈ ਤਾਂ ਉਸ ਨੂੰ ਦੂਰ ਕਰਵਾਉਣ ਦੀ ਕੋਸ਼ਿਸ਼ ਕਰਦਾ ਹੈ ਅੱਗੇ ਵਧਦੇ ਹੋਏ ਹੁਣ ਇੱਥੇ ਸਿਰਫ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਪਿਛਲੇ ਸਲਾਈਡ ਦੇ ਵਿੱਚ ਸਿਰਫ ਮੈਂ ਇੱਕ ਟੈਬ ਦੀ ਗੱਲ ਕੀਤੀ ਹੈ ਜਦੋਂ ਹੀ ਤੁਸੀਂ ਉਸ ਟੈਬ ਦੇ ਉੱਪਰ ਕਲਿੱਕ ਕਰਦੇ ਹੋ ਤਾਂ ਕਾਫੀ ਇੱਕ ਲਿਸਟ ਬਣਦੀ ਹੈ ਬਿਲਕੁਲ ਸਿਸਟਮੈਟਿਕਲੀ ਜਿਹਦੇ ਵਿੱਚ ਹਰ ਚੀਜ਼ ਉਪਲਬਧ ਹੋਏਗੀ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਆਨਲਾਈਨ ਸਟੱਡੀਜ਼ ਵਿੱਚ ਵੀਡੀਓ ਹੈਗੀਆਂ ਇੰਗਲਿਸ਼ ਦੇ ਵੀਡੀਓ ਸਾਰੇ ਦੇ ਸਾਰੀਆਂ ਇੱਕ ਚੈਪਟਰ ਵਾਈਜ਼ ਵੀਡੀਓ ਡਾਲੀ ਗਈਆਂ ਨੇ ਇਸੇ ਢੰਗ ਨਾਲ ਸੋਲੂਸ਼ਨ ਹੈਗੇ ਆ ਸਾਰੇ ਦੇ ਸਾਰੇ ਸੋਲੂਸ਼ਨ ਹੱਲ ਜੋ ਇਸ ਵਿੱਚ ਪਾਈ ਕਿ ਹਨ ਹੁਣ ਅਸੀਂ ਵਿਦਿਆਰਥੀ ਦੇ ਕੋਰਨਰ ਦੀ ਗੱਲ ਕਰਦੇ ਹਾਂ ਜਦੋਂ ਅਸੀਂ ਵਿਦਿਆਰਥੀ ਦੀ ਗੱਲ ਕਰਦੇ ਹਾਂ ਤੇ ਸਾਡੇ ਸਾਹਮਣੇ ਸਭ ਤੋਂ ਪਹਿਲਾਂ ਕਲਾਸ ਆਂਦੀ ਹੈ ਕਿ ਉਹ ਵਿਦਿਆਰਥੀ ਕਿਸ ਕਲਾਸ ਦਾ ਹੈ ਛੇਵੀਂ ਸੱਤਵੀਂ ਅੱਠਵੀਂ ਨੌਵੀਂ ਜਾਂ ਦਸਵੀਂ ਕਲਾਸ ਦਾ ਮੰਨ ਲਓ ਜੋ ਵਿਦਿਆਰਥੀ ਸਾਡੇ ਸਾਹਮਣੇ ਹੈ ਉਹ ਅੱਠਵੀਂ ਕਲਾਸ ਦਾ ਹੈ ਜਦੋਂ ਹੀ 8ਵੀਂ ਕਲਾਸ ਤੇ ਕਲਿੱਕ ਕਰੇਗਾ ਤਾਂ ਉਸ ਦੇ ਸਾਹਮਣੇ 8ਵੀਂ ਕਲਾਸ ਦੇ ਵਿਸ਼ੇ ਆ ਜਾਣਗੇ ਹੁਣ ਵਿਦਿਆਰਥੀ ਜਿਸ ਵਿਸ਼ੇ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦਾ ਹੈ ਉਹ ਉਸ ਵਿਸ਼ੇ ਤੇ ਕਲਿੱਕ ਕਰੇਗਾ ਮੰਨ ਲਓ ਕਿ ਇਹ ਵਿਦਿਆਰਥੀ ਜੋ ਕਿ 8ਵੀਂ ਕਲਾਸ ਦਾ ਸੀ ਉਸ ਨੇ ਸਾਇੰਸ ਦੇ ਵਿਸ਼ੇ ਤੇ ਕਲਿੱਕ ਕੀਤਾ ਜਿਵੇਂ ਹੀ ਸਾਇੰਸ ਦਾ ਵਿਸ਼ੇ ਤੇ ਕਲਿੱਕ ਕਰੇਗਾ ਤੇ ਉਸ ਦੇ ਸਾਹਮਣੇ 8ਵੀਂ ਕਲਾਸ ਦੇ ਸਾਇੰਸ ਦੇ ਵਿਸ਼ੇ ਦੀ ਸਕਰੀਨ ਆ ਜਾਵੇਗੀ ਇਸ ਵਿੱਚੋਂ ਉਸ ਵਿਦਿਆਰਥੀ ਨੂੰ 8ਵੀਂ ਦੇ ਸਾਇੰਸ ਦੇ ਵਿਸ਼ੇ ਨਾਲ ਸੰਬੰਧਿਤ ਸਾਰੀ ਹੀ ਸਮਗਰੀ ਮਿਲੇਗੀ ਪਾਪ ਸਿਲੇਬਸ ਟੈਸਟ ਬੁక్స్ ਸਾਇੰਸ ਐਕਟੀਵਿਟੀਆਂ ਉਸ ਚੈਪਟਰ ਨਾਲ ਜਾਂ ਉਸ ਸਬਜੈਕਟ ਨਾਲ ਸੰਬੰਧਿਤ ਵੀਡੀਓ ਉਸੇ ਕਲਾਸ ਨਾਲ ਸੰਬੰਧਿਤ ਅਸਾਈਨਮੈਂਟਸ ਆਦਿ ਇਸੇ ਤਰ੍ਹਾਂ ਜੇਕਰ ਬੱਚਾ ਉਹ ਵੀ ਬੱਚਾ ਇੰਗਲਿਸ਼ ਦੇ ਵਿੱਚ ਕਲਿੱਕ ਕਰਦਾ ਹੈ ਤਾਂ ਉਸ ਨੂੰ ਇੰਗਲਿਸ਼ ਦੇ ਸਬਜੈਕਟ ਨਾਲ ਸੰਬੰਧਿਤ ਹੀ ਸਮਗਰੀ ਮਿਲੇਗੀ ਪਾਵ ਸਬਜੈਕਟ ਸਬਜੈਕਟ ਜਿਹੜੀ ਸਮਗਰੀ ਹੈ ਉਹ ਵੱਖਰੀ ਹੁੰਦੀ ਹੈ ਇਹਦੇ ਵਿੱਚ ਸਭ ਤੋਂ ਪਹਿਲਾਂ ਉਹਨੂੰ ਡੇਲੀ ਡੋਸ ਸਿਲੇਬਸ ਟੈਸਟ ਬੁੱਕ ਅਸਾਈਨਮੈਂਟਸ ਵਰਕਸ਼ੀਟ ਆਦੀ ਮਿਲेंगी ਇਸ ਤਰ੍ਹਾਂ ਇਸ ਵਿੱਚ ਹਰ ਕਲਾਸ ਦੇ ਹਰ ਵਿਸ਼ੇ ਨੂੰ ਸ਼ਾਮਿਲ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਆਪ ਜੀ ਦੇ ਸੁਝਾਅਨ ਸੁਝਾਵਾਂ ਦੀ ਵੀ ਲੋੜ ਹੈ ਜੇਕਰ ਆਪ ਜੀ ਦੋਹਾਂ ਕੋਈ ਸਜਾਬ ਸਾਨੂੰ ਪ੍ਰਾਪਤ ਹੋਏਗਾ ਤੇ ਸਾਨੂੰ ਇਸ ਦੀ ਬਹੁਤ ਹੀ ਖੁਸ਼ੀ ਹੋਏਗੀ ਅਓ ਅੱਗੇ ਅਸੀਂ ਜਾਣਕਾਰੀ ਪ੍ਰਾਪਤ ਕਰਦੇ ਹਾਂ ਅੱਜ ਦਾ ਸ਼ਬਦ ਵਿਭਾਗ ਵੱਲੋਂ ਸਾਨੂੰ ਹਰ ਰੋਜ਼ ਇੰਗਲਿਸ਼ ਅਤੇ ਪੰਜਾਬੀ ਦਾ ਇੱਕ ਸ਼ਬਦ ਦਿੱਤਾ ਜਾਂਦਾ ਹੈ ਕਈ ਵਾਰੀ ਸਾਨੂੰ ਵਿਦਿਆਰਥੀ ਅੱਜ ਤੋਂ 5 ਦਿਨ ਪੁਰਾਣਾ ਜਾਂ 10 ਦਿਨ ਪੁਰਾਣਾ ਇੱਕ ਮਹੀਨਾ ਪੁਰਾਣਾ ਸ਼ਬਦ ਦੀ ਮੰਗ ਕਰਦੇ ਹਨ ਤੇ ਸਾਡੇ ਕੋਲੋਂ ਮੋਬਾਈਲ ਦੇ ਵਿੱਚ ਇੰਨੇ ਜ਼ਿਆਦਾ ਮੈਸੇਜ ਆ ਜਾਂਦੇ ਹਨ ਕਿ ਸਾਨੂੰ ਉਹ ਲੱਭਣਾ ਬਹੁਤ ਹੀ ਔਖਾ ਹੁੰਦਾ ਹੈ ਅਸੀਂ ਉਸ ਨੂੰ ਇੱਕ ਬੜੇ ਸਿਸਟਮੈਟਿਕ ਤੰਗਣਾ ਰੱਖਿਆ ਹੈ ਨਾਲ ਦੀ ਸਕਰੀਨ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਹੀ ਸ਼ਬਦਾਂ ਨੂੰ ਡੇਟ ਵਾਈਜ਼ ਪੰਜਾਬੀ ਇੰਗਲਿਸ਼ ਨੂੰ ਅਸੀਂ ਇਸ ਐਪ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਕੋਈ ਵੀ ਸ਼ਬਦ ਇੱਥੋਂ ਡਾਊਨਲੋਡ ਕਰ ਸਕਦੇ ਹੋ ਉਹਨੂੰ ਬੱਚਿਆਂ ਦੇ ਨਾਲ ਸ਼ੇਅਰ ਕਰ ਸਕਦੇ ਹੋ ਉਹਦਾ ਪ੍ਰਿੰਟ ਲੈ ਸਕਦੇ ਹੋ ਕੁਝ ਵੀ ਕਰ ਸਕਦੇ ਹੋ ਇਸ ਤੋਂ ਬਾਅਦ ਅਸੀਂ ਉਡਾਨ ਤੇ ਆਨੇ ਆ ਵਿਪਾਅ ਬਣੋ ਬੱਚਿਆਂ ਦੀ ਗੁਣਤਾ ਵਧਾਉਣ ਲਈ ਉਹਨਾਂ ਦੀ ਰੁਚੀ ਵਧਾਉਣ ਦੇ ਲਈ ਹਰ ਰੋਜ਼ ਉਡਾਨ ਦੀਆਂ ਸ਼ੀਟਾਂ ਪਾਈਆਂ ਜਾਂਦੀਆਂ ਹਨ ਉਨਾ ਉਡਾਂ ਦੇ ਸ਼ੀਟਾਂ ਨੂੰ ਵੀ ਅਸੀਂ ਕਲਾਸ ਵਾਈਜ਼ ਡੇਟ ਵਾਈਜ਼ ਅਰੇਂਜ ਕਰਨ ਦੀ ਪੂਰੀ ਕੋਪਰਾਲਾ ਕੀਤਾ ਹੈ ਤੁਸੀਂ ਕਿਸੇ ਵੀ ਡੇਟ ਦੀ ਕਿਸੇ ਵੀ ਕੈਟਾਗਰੀ ਦੀ ਜੋ ਹੈ ਉਡਾਂ ਛੀਟ ਨੂੰ ਡਾਊਨਲੋਡ ਕਰ ਸਕਦੇ ਹੋ ਜੁਆ ਸੁਜੈਸ਼ਨ ਅੱਗੇ ਸਭ ਤੋਂ ਮੇਨ ਟੈਬ ਹੈ ਜੁਆ ਸੁਜੈਸ਼ਨ ਸੁਜਾਵਾਂ ਦੀ ਬਹੁਤ ਲੋਡ ਹੁੰਦੀ ਹੈ ਕਿਸੇ ਵੀ ਐਪ ਨੂੰ ਜਾਂ ਕਿਸੇ ਵੀ ਚੀਜ਼ ਨੂੰ ਜੇਕਰ ਅਸੀਂ ਅਫੈਕਟਿਵ ਪ੍ਰਭਾਵਸ਼ਾਲੀ ਵਧੀਆ ਬਣਾਉਣਾ ਚਾਹੁੰਦੇ ਆ ਤਾਂ ਉਸ ਲਈ ਆਪ ਜੀ ਦੇ ਵਰਗੇ ਮਾਹਰ ਵਿਅਕਤੀਆਂ ਦੀ ਸੁਝਾਵਾਂ ਦੀ ਬਹੁਤ ਲੋੜ ਹੁੰਦੀ ਹੈ ਆਪ ਜੀ ਦੇ ਸੁਝਾਅ ਇਕੱਠੇ ਕਰਨ ਲਈ ਇੱਕ ਫੀਡਬੈਕ ਫਾਰਮ ਇਸ ਵਿੱਚ ਦਰਜਾ ਹੈ ਤੁਸੀਂ ਆਪਣੀ ਫੀਡਬੈਕ ਇਸ ਫਾਰਮ ਦੇ ਵਿੱਚ ਦੇ ਸਕਦੇ ਹੋ ਉਹ ਫੀਡਬੈਕ ਸਾਡੇ ਤੱਕ ਪਹੁੰਚ ਜਾਵੇਗੀ ਅਤੇ ਅਸੀਂ ਤੁਹਾਡੀ ਫੀਡਬੈਕ ਤੇ ਜਲਦ ਹੀ ਕੰਮ ਕਰਨਾ ਸ਼ੁਰੂ ਕਰਾਂਗੇ ਔਰ ਉਸ ਦੇ ਨਤੀਜੇ ਆਪ ਜੀ ਨੂੰ ਬੜੀ ਬਹੁਤ ਹੀ ਜਲਦ ਦੇਖਣ ਲਈ ਮਿਲਣਗੇ ਅਬਾਊਟ ਅਸ ਦੇ ਵਿੱਚ ਇਸ ਵਿਭਾਗ ਦੇ बारे ਦੱਸਿਆ ਗਿਆ ਹੈ ਕਿ ਇਸ ਪਾ ਜੇ ਐਪ ਜੋ ਹੈ ਉਹ OSCEERT ਵੱਲੋਂ ਲਾਂਚ ਕੀਤੀ ਜਾ ਰਹੀ ਹੈ ਇਸ ਐਪ ਦੇ ਖੱਬੇ ਪਾਸੇ ਉੱਪਰਲੇ ਪਾਸੇ ਤਿੰਨ ਲਾਈਨਾਂ ਹਨ ਜਦੋਂ ਅਸੀਂ ਇਹਨਾਂ ਲਾਈਨ ਸੇ ਕਲਿੱਕ ਕਰਦੇ ਹਾਂ ਤਾਂ ਸਾਡੇ ਕੋਲ ਆ ਸਕਰੀਨ ਸਾਹਮਣੇ ਆਉਂਦੀ ਹੈ ਜਿਦੇ ਵਿੱਚ ਅਸੀਂ ਡਾਇਰੈਕਟ ਹੋਮ ਟੀਚਰ ਸਟੇਸ਼ਨ ਟੀਚਰ ਕੋਰਨਰ ਅਬਾਊਟ ਅਸ ਤੇ ਕੰਟੈਕਟ ਫਾਰਮ ਤੇ ਜਾ ਸਕਦੇ ਹਾਂ ਇਸੀ ਪ੍ਰਕਾਰ ਜਦੋਂ ਸੱਜੇ ਹੱਥ ਅਸੀਂ ਉੱਪਰ ਸੱਜੇ ਹੱਥ ਦੇ ਵਿੱਚ ਤਿੰਨ ਬਿੰਦੀਆਂ ਤੇ ਕਲਿੱਕ ਕਰਦੇ ਹਾਂ ਤੇ ਸਾਡੇ ਕੋਲ ਇੱਕ ਮੀਨੂ ਆਉਂਦਾ ਹੈ ਨੈਕਸਟ ਪ੍ਰੀਵੀਅਸ ਅਬਾਊਟ ਆ ਨੋਟੀਫਿਕੇਸ਼ਨ ਅਤੇ ਕਲੋਜ਼ ਇਹਨਾਂ ਦੀ ਵਰਤੋਂ ਕਰਕੇ ਨੋਟੀਫਿਕੇਸ਼ਨ ਦੀ ਵਰਤੋਂ ਕਰਕੇ ਅਸੀਂ ਨੋਟੀਫਿਕੇਸ਼ਨ ਨੂੰ ਬੰਦ ਕਰ ਸਕਦੇ ਹਾਂ ਕਲੋਜ਼ ਦੇ ਬਟਨ ਕਰਕੇ ਐਪ ਨੂੰ ਬੰਦ ਕੀਤਾ ਜਾ ਸਕਦਾ ਹੈ ਨੈਕਸਟ ਔਰ ਪ੍ਰੀਵੀਅਸ ਦਾ ਬਟਨ ਕਰਕੇ ਅਸੀਂ ਅੱਗੇ ਜਾਂ ਪਿੱਛੇ ਜਾ ਸਕਦੇ ਹਾਂ ਪੇਜ ਦੇ ਵਿੱਚ ਇਸ ਤੋਂ ਬਾਅਦ ਸ਼ੇਅਰ ਜੋ ਕਿ ਬਹੁਤ ਇੰਪੋਰਟੈਂਟ ਬਟਨ ਹੈ ਮਨ ਮੰਨ ਆਪ ਜੀ ਕੋ ਆਪ ਆ ਜਾਂਦੀ ਹੈ ਆਪ ਜੀ ਨੇ ਇਹ ਐਪ ਵਿਦਿਆਰਥੀਆਂ ਨਾਲ ਸ਼ੇਅਰ ਕਰਨੀ ਹੈ ਕਿਉਂਕਿ ਹੋ ਸਕਦਾ ਹੈ ਵਿਦਿਆਰਥੀ ਇਸ ਨੂੰ ਪਲੇ ਸਟੋਰ ਚੋਂ ਡਾਊਨਲੋਡ ਨਾ ਕਰ ਸਕਣ ਤਾਂ ਤੁਸੀਂ ਜਦੋਂ ਸ਼ੇਅਰ ਬਟਨ ਤੇ ਕਲਿੱਕ ਕਰੋਗੇ ਤੇ ਤੁਹਾਡੇ ਕੋਲ ਆਪਸ਼ਨ ਖੁੱਲਣਗੇ WhatsApp ਟੈਕਸਟ ਮੈਸੇਜ ਈਮੇਲ ਬਲੂਟੂਥ ਤੁਸੀਂ ਕਿਸੇ ਵੀ ਸਾਧਨ ਦੇ ਨਾਲ ਇਹ ਐਪ ਵਿਦਿਆਰਥੀਆਂ ਦੇ ਨਾਲ ਜਾਂ ਆਪਣੇ ਸਾਥੀ ਅਧਿਆਪਕਾਂ ਦੇ ਨਾਲ ਆਪਣੇ ਸਹਿਯੋਗੀ ਕਰਮਚਾਰੀਆਂ ਦੇ ਨਾਲ ਸਾਂਝੀ ਕਰ ਸਕਦੇ ਹੋ ਸ਼ੇਅਰ ਕਰ ਸਕਦੇ ਹੋ ਹਰ ਪੇਜ ਦੇ نیچے ਇੱਕ ਲਾਈਨ ਲਿਖੀ ਗਈ ਹੈ ਕਿ ਇਸ ਐਪ ਦਾ ਮੇਨ ਮਕਸਦ ਬੱਚਿਆਂ ਦੀ ਰੁਚੀ ਨੂੰ ਵਧਾਉਣਾ ਹੈ ਗਲਤੀ ਹੋਣਾ ਸੁਭਾਵਕ ਹੈ ਜੇਕਰ ਆਪ ਜੀ ਨੂੰ ਇਸ ਐਪ ਵਿੱਚ ਵਿਚਰਦੇ ਆ ਇਸ ਐਪ ਨੂੰ ਵਰਤਦੇ ਆ ਕੋਈ ਗਲਤੀ ਸਾਹਮਣੇ ਆਉਂਦੀ ਹੈ ਜਾਂ ਤੁਸੀਂ ਚਾਹੁੰਦੇ ਹੋ ਕਿ ਇਹਦੇ ਵਿੱਚ ਸੁਧਾਰ ਕੀਤਾ ਜਾ ਸਕਦਾ ਹੈ ਤਾਂ ਇਸ ਦੇ نیچے ਸੰਪਰਕ ਨੰਬਰਾਂ ਦੇ ਲਈ ਕਲਿੱਕ ਕਰਨ ਦੀ ਆਪਸ਼ਨ ਦਿੱਤੀ ਗਈ ਹੈ ਤੁਸੀਂ ਇੱਥੇ ਕਲਿੱਕ ਕਰੋਗੇ ਤੇ ਸਬੰਧਤ ਕਰਮਚਾਰੀ ਦੇ ਨੰਬਰ ਸਾਡੇ ਸਾਹਮਣੇ ਆਣਗੇ ਤੁਸੀਂ ਉਹਨਾਂ ਨੂੰ WhatsApp, Email ਦੇ ਨਾਲ ਹੀ ਸੰਪਰਕ ਕਰ ਸਕਦੇ ਹੋ ਤੇ ਆਪਣੀ ਕੁਇਰੀ ਉਹਨਾਂ ਨੂੰ ਦੱਸ ਸਕਦੇ ਹੋ ਅਸੀਂ ਇਸ ਐਪ ਬਾਰੇ ਜਦੋਂ ਫੀਲਡ ਵਿੱਚ ਜਾਣਕਾਰੀ ਦਿੰਦੇ ਹਾਂ ਤਾਂ ਅਕਸਰ ਸਾਡੇ ਉਹਨਾਂ ਵੱਲੋਂ ਕੁਝ ਸਵਾਲ ਸਾਡੇ ਲਈ ਪੁੱਛੇ ਜਾਂਦੇ ਹਨ ਅਸੀਂ ਉਹਨਾਂ ਨੂੰ ਸਵਾਲਾਂ ਦੇ ਉੱਤਰ ਦੇਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਸਵਾਲਾਂ ਨੂੰ ਅਸੀਂ ਇਕੱਠੇ ਕੀਤਾ ਹੈ ਅੱਜ ਮੈਂ ਆਪ ਜੀ ਨੂੰ ਉਹਨਾਂ ਸਵਾਲਾਂ ਦੇ ਬਾਰੇ ਕੁਝ ਦੱਸਾਂਗਾ ਸਭ ਤੋਂ ਪਹਿਲਾਂ ਜੋ ਸਵਾਲ ਪੁੱਛਿਆ ਜਾਂਦਾ ਹੈ ਕਿ ਇਸ ਦੀ ਵਰਤੋਂ ਲਈ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਕੋਈ ਵੀ ਯੂਜ਼ਰ ਆਈਡੀ ਪਾਸਵਰਡ ਲੋੜੀਂਦਾ ਹੈ ਮੈਂ ਇੱਥੇ ਆਪ ਜੀ ਨੂੰ ਕਲੀਅਰ ਕਰਾਂਗਾ ਇਹ ਐਪ ਬਿਲਕੁਲ ਫ੍ਰੀ ਹੈ ਇਸ ਵਿੱਚ ਇਸ ਨੂੰ ਵਰਤੋਂ ਕਰਨ ਲਈ ਇਸ ਦੀ ਵਰਤੋਂ ਕਰਨ ਲਈ ਕਿਸੇ ਵੀ ਪ੍ਰਕਾਰ ਦੇ ਕੋਈ ਵੀ ਯੂਜ਼ਰ ਆਈਡੀ ਕੋਈ ਵੀ ਮੋਬਾਈਲ ਨੰਬਰ ਕੋਈ ਵੀ ਪਾਸਵਰਡ ਦੀ ਲੋੜ ਨਹੀਂ ਹੈ ਭਾਵੇਂ ਇਸ ਨੂੰ ਹਰ ਵਿਅਕਤੀ ਹਰ ਅਧਿਆਪਕ ਹਰ ਵਿਦਿਆਰਥੀ ਇਸ ਦੀ ਵਰਤੋਂ ਕਰਕੇ ਆਪਣੀ ਪੜ੍ਹਾਈ ਨੂੰ ਕੰਟੀਨਿਊ ਕਰ ਸਕਦਾ ਹੈ ਇਹ ਇਸ ਐਪ ਦਾ ਮੇਨ ਮਕਸਦ ਟੀਚਰਾਂ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਸਹਿਯੋਗ ਕਰਨਾ ਹੈ ਜੀ ਦੂਸਰਾ ਆਉਣ ਵਾਲਾ ਸਾਡਾ ਕੁਐਸਚਨ ਹੈ ਇਸ ਐਪਲੀਕੇਸ਼ਨ ਦੁਆਰਾ ਕਿੰਨੀ ਸਟੋਰੇਜ ਸਪੇਸ ਦੀ ਵਰਤੋਂ ਕੀਤੀ ਜਾਂਦੀ ਹੈ ਮੈਂ ਆਪ ਜੀ ਨੂੰ ਦੱਸਣਾ ਚਾਹਾਂਗਾ ਕਿ ਇਸ ਐਪ ਨੂੰ ਜਦੋਂ ਤੁਸੀਂ ਇੰਸਟਾਲ ਕਰਦੇ ਹੋ ਤੋ 5 ਤੋਂ 6 MB ਤੋਂ ਜ਼ਿਆਦਾ ਸਪੇਸ ਨਹੀਂ ਲੈਂਦਾ। ਬਾਕੀ ਤੁਸੀਂ ਜਦੋਂ ਜਿਸ ਚੀਜ਼ ਦੀ ਲੋੜ ਹੋਵੇ ਉਹ ਚੀਜ਼ ਨੂੰ ਡਾਊਨਲੋਡ ਕਰ ਸਕਦੇ ਹੋ। ਤੁਹਾਡੇ ਕੋਲ ਹਰ ਸਮੇਂ ਆਨਲਾਈਨ ਬੈਕਐਂਡ ਤੇ ਉਹ ਚੀਜ਼ਾਂ ਪਈਆਂ ਰਹਿਣਗੀਆਂ। ਲੇਕਿਨ ਜਦੋਂ ਤੁਹਾਨੂੰ ਲੋੜ ਹੋਵੇ ਤੁਸੀਂ ਉਸ ਵਸ ਤੋਂ ਡਾਊਨਲੋਡ ਕਰ ਸਕਦੇ ਹੋ। ਭਾਵੇਂ ਸਾਨੂੰ WhatsApp ਦੇ ਵਿੱਚ ਸਾਰੀਆਂ ਚੀਜ਼ਾਂ ਸਾਰੀਆਂ ਵੀਡੀਓ ਇਕੱਠੀਆਂ ਕਰਕੇ ਮੋਬਾਈਲ ਸਪੇਸ ਭਰਨ ਦੀ ਲੋੜ ਨਹੀਂ ਹੈ। ਅਸੀਂ ਜਦੋਂ ਲੋੜ ਪਵੇ ਉਦੋਂ ਅਸੀਂ ਇਥੋਂ ਚੀਜ਼ਾਂ ਡਾਊਨਲੋਡ ਕਰ ਸਕਦੇ ਆ ਇਹ ਬਿਲਕੁਲ ਕਟ ਮੋਬਾਈਲ ਦੀ ਸਪੇਸ ਲੈ ਕੇ ਆਪ ਜੀ ਨੂੰ ਸਹੂਗ ਦਿੰਦੇ ਰਹੇਗੇ ਅਗਲਾ ਤੀਸਰਾ ਕੁਐਸਚਨ ਜੋ ਅਕਸਰ ਪੁੱਛਿਆ ਜਾਂਦਾ ਹੈ ਜੀ ਅਸੀਂ ਇਸ ਤੋਂ ਸਾਰੀ ਸਮਗਰੀ ਨੂੰ ਡਾਊਨਲੋਡ ਕਰ ਸਕਦੇ ਆ ਜਾਂ ਸਿਰਫ ਦੇਖ ਹੀ ਸਕਦੇ ਆ ਸਾਡੇ ਬਹੁਤ ਸਾਰੇ ਅਧਿਆਪਕਾਂ ਦਾ ਕੁਐਸਚਨ ਹੈ ਕਿ ਜਿੰਨੀਆਂ ਵੀ ਕਈ ਵਾਰੀ ਕੋਈ ਐਪਲੀਕੇਸ਼ਨ ਐਦਾਂ ਦੀ ਬਣ ਜਾਂਦੀ ਹੈ ਕਿ ਸਿਰਫ ਅਸੀਂ ਉਥੋਂ ਸਮਾਨ ਨੂੰ ਜਾਂ ਸਮਗਰੀ ਨੂੰ ਜਾਂ ਮਟੀਰੀਅਲ ਨੂੰ ਦੇਖ ਹੀ ਸਕਦੇ ਆ ਉਹਨੂੰ ਡਾਊਨਲੋਡ ਨਹੀਂ ਕਰ ਸਕਦੇ ਸਾਨੂੰ ਉਹ ਮਟੀਰੀਅਲ ਨੂੰ ਅੱਗੇ ਭੇਜਣ ਦੇ ਵਿੱਚ ਬੱਚਿਆਂ ਨੂੰ ਭੇਜਣ ਦੇ ਵਿੱਚ ਕਿਉਂਕਿ ਕਈ ਬੱਚਿਆਂ ਕੋਲ ਇਦਾਂ ਦੀ ਫੈਸਿਲਿਟੀ ਨਹੀਂ ਹੁੰਦੀ ਉਹਨਾਂ ਨੂੰ ਭੇਜਣਾ ਪੈਂਦਾ ਤੇ ਉਹਨਾਂ ਲਈ ਸਾਨੂੰ ਡਾਊਨਲੋਡ ਕਰਨੀ ਪੈਂਦੀ ਹੈ ਤੇ ਉਸ ਜੀ ਡਾਊਨਲੋਡ ਨਹੀਂ ਹੁੰਦੀ ਮੈਂ ਸਾਥੀਆਂ ਨੂੰ ਦੱਸਣਾ ਚਾਹਾਂਗਾ ਇਸ ਵਿੱਚ ਲੱਗਾ ਹੋਇਆ ਹਰ ਮਟੀਰੀਅਲ ਤੁਸੀਂ ਬੜੀ ਆਸਾਨੀ ਨਾਲ ਡਾਊਨਲੋਡ ਕਰ ਸਕਦੇ ਹੋ ਤੁਸੀਂ ਆਪਣੇ ਮੋਬਾਈਲ ਦੇ ਵਿੱਚ ਉਹਨੂੰ ਸੇਵ ਕਰ ਸਕਦੇ ਹੋ WhatsApp ਜਾਂ ਕਿਸੇ ਹੋਰ ਮਾਧਿਅਮ ਰਾਹੀਂ ਉਸ ਨੂੰ ਕਿਸੇ ਵੀ ਵਿਦਿਆਰਥੀ ਕਿਸੇ ਵੀ ਅਧਿਆਪਕ ਦੇ ਨਾਲ ਸਾਂਝਾ ਕਰ ਸਕਦੇ ਹੋ ਭਾਵੇਂ ਤੁਸੀਂ ਇਸ ਵਿੱਚ ਲੱਗੇ ਹੋਏ ਮਟੀਰੀਅਲ ਨੂੰ ਜਦੋਂ ਮਰਜ਼ੀ ਡਾਊਨਲੋਡ ਕਰ ਸਕਦੇ ਹੋ ਅਗਲਾ ਪਛਾਣਨ ਵਾਲਾ ਕੁਐਸਚਨ ਹੈ ਕਿ ਅਸੀਂ ਇਸ ਐਪ ਨੂੰ ਵਿਦਿਆਰਥੀਆਂ ਨਾਲ ਸਾਂਝਾ ਕਰ ਸਕਦੇ ਹਾਂ ਬਿਲਕੁਲ ਜੀ ਮੈਂ ਆਪਜਨੂੰ ਦੱਸਣਾ ਚਾਹਾਂਗਾ ਇਹ ਐਪ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਹੀ ਸਮਰਪਿਤ ਹੈ ਆਪ ਉਹਨਾਂ ਦੇ ਲਈ ਹੀ ਬਣਾਈ ਗਈ ਹੈ ਇਸ ਕਰਕੇ ਤੁਸੀਂ ਇਹ ਵੱਧ ਤੋਂ ਵੱਧ ਇਹਨੂੰ ਵਿਦਿਆਰਥੀਆਂ ਨਾਲ ਸ਼ੇਅਰ ਕਰੋ ਤਾਂ ਜੋ ਵਿਦਿਆਰਥੀ ਇਸ ਵਿੱਚ ਲੱਗੀਆਂ ਹੋਈਆਂ ਵੀਡੀਓ ਇਸ ਵਿੱਚ ਲੱਗੇ ਹੋਏ ਆਨਲਾਈਨ ਟੈਸਟਾਂ ਦਾ ਲਾਭ ਲੈਣ ਤੇ ਆਪਣੇ ਗਿਆਨ ਦੇ ਵਿੱਚ ਵਾਧਾ ਕਰਨ ਜੀ ਇਸ ਐਪ ਵਿੱਚ ਸਾਡੀ ਬਣਾਈ ਸਮੱਗਰੀ ਨੂੰ ਅਪਲੋਡ ਕਰਨਾ ਸੰਭਵ ਹੈ ਇਹ ਬਹੁਤ ਹੀ ਕੁਐਸਚਨ ਆ ਰਿਹਾ ਅਧਿਆਪਕਾਂ ਤੋਂ ਕਈ ਅਧਿਆਪਕਾਂ ਦੇ ਕੋਲ ਬਹੁਤ ਹੀ ਚੰਗਾ ਮਟੀਰੀਅਲ ਹੈ ਉਹ ਚਾਹੁੰਦੇ ਹਨ ਕਿ ਉਹ ਆਪਣਾ ਮਟੀਰੀਅਲ ਇਸ ਐਪ ਦੇ ਉੱਪਰ ਲਵਾਨ ਅਸੀਂ ਸਾਰਿਆਂ ਨੂੰ ਵੈਲਕਮ ਕਰਦੇ ਹਾਂ ਜੀ ਤੁਸੀਂ ਜਿਹੜਾ ਵੀ ਤੁਹਾਡੇ ਕੋਲ ਅੱਛਾ ਮਟੀਰੀਅਲ ਹੈ ਕਿਸੇ ਵੀ ਕਿਸਮ ਦਾ ਤੁਹਾਡੇ ਕੋਲ ਅੱਛੀਆਂ ਵੀਡੀਓ ਹਨ ਤੁਹਾਡੇ ਕੋਲ ਅੱਛੇ ਕੁਐਸਚਨ ਆਨਸਰ ਹਨ ਤੁਹਾਡੇ ਕੋਲ ਅੱਛੇ ਟੈਸਟ ਹਨ ਕੋਈ ਵੀ ਚੀਜ਼ ਹੋ ਸਕਦੀ ਹੈ ਜੋ ਸਟੱਡੀ ਨਾਲ ਰਿਲੇਟਡ ਹੋਵੇ ਤੇ ਉਹ ਸਾਡੇ ਅਧਿਕਾਰੀਆਂ ਕੋਲ ਪਹੁੰਚਦੀ ਕੀਤੀ ਜਾਵੇ ਉਸ ਦਾ ਨੂੰ ਦੇਖਿਆ ਜਾਏਗਾ ਜੇਕਰ ਉਹ ਸਹੀ ਪਾਈਏ ਤਾਂ ਉਸ ਨੂੰ ਇਸ ਐਪ ਦੇ ਵਿੱਚ ਤੁਰੰਤ ਅਪਲੋਡ ਕਰਤਾ ਜਾਵੇਗਾ ਕਿਨਾਂ ਨੂੰ ਇਹ ਚੀਜ਼ ਭੇਜਣੀ ਹੈ ਮੈਂ ਆਪ ਜੀ ਨੂੰ ਪਹਿਲਾਂ ਵੀ ਦੱਸ ਚੁੱਕਾ ਕਿ نیچے ਉਹ ਸੰਪਰਕ ਨੰਬਰਾਂ ਵਾਲੀ ਲਿਸਟ ਹੈ ਤੁਸੀਂ ਉੱਤੇ ਕਲਿੱਕ ਕਰੋਗੇ ਤੇ ਉੱਤੇ ਇੱਕ ਲਿਸਟ ਨਾਮ ਆ ਜਾਣਗੇ ਤੁਸੀਂ ਉਹ ਆਪਣੀ ਸਮਗਰੀ ਕੋਈ ਵੀ ਸਮਗਰੀ ਹੈ ਤੁਸੀਂ ਉੱਥੇ ਭੇਜ ਸਕਦੇ ਹੋ ਜੀ ਅਗਲਾ ਜੋ ਕੁਐਸਚਨ ਅਕਸਰ ਆਂਦਾ ਹੈ ਇਸ ਵਿੱਚ ਦੂਸਰੇ ਵਿਸ਼ਿਆਂ ਤੇ ਕਲਾਸਾਂ ਨੂੰ ਜੋੜਨਾ ਸੰਭਵ ਹੈ ਮੈਂ ਇਹ ਚੀਜ਼ ਪਹਿਲਾਂ ਵੀ ਕਲੀਅਰ ਕਰ ਚੁੱਕਾ ਹਾਂ ਜੀ ਕਿ ਇਹ ਇੱਕ ਸਟਾਰਟਿੰਗ ਹੈ ਜੀ ਵਿਭਾਗ ਵੱਲੋਂ ਇੱਕ ਪਹਿਲਾ ਕਦਮ ਹੈ ਜੀ ਵਿਭਾਗ ਇੱਥੇ ਬਹੁਤ ਕੰਮ ਕਰ ਰਿਹਾ ਹੈ ਕਿ ਬਾਕੀ ਦੇ ਵਿਸ਼ੇ ਅਤੇ ਬਾਕੀਆਂ ਦੀਆਂ ਕਲਾਸਾਂ ਬਾਕੀਆਂ ਕਲਾਸਾਂ ਨੂੰ ਵੀ ਇਸ ਐਪ ਦੇ ਵਿੱਚ ਸ਼ਾਮਲ ਕੀਤਾ ਜਾਵੇ ਤਾਂ ਜੋ ਸਾਰੇ ਹੀ ਵਿਦਿਆਰਥੀ ਅਤੇ ਸਾਰੇ ਹੀ ਅਧਿਆਪਕ ਇਸ ਦਾ ਲਾਭ ਉਠਾ ਸਕਣ ਪੰਜਾਬ ਐਜੂਕੇਅਰ ਐਪ ਕਦੋਂ ਲਾਂਚ ਹੋਵੇਗਾ ਦੇਖੋ ਜੀ ਇਹਦਾ ਥੋੜਾ ਜਿਹਾ ਪ੍ਰੋਸੈਸਿੰਗ ਟਾਈਮ ਹੈ ਐਪ ਬਣ ਚੁੱਕਾ ਹੈ Google ਦੇ ਕੋਲ ਇਸ ਨੂੰ ਅਪਲੋਡ ਕਰਨ ਲਈ ਭੇਜਿਆ ਜਾ ਚੁੱਕਾ ਹੈ ਜੀ ਥੋੜਾ ਜਿਹਾ ਪ੍ਰੋਸੈਸਿੰਗ ਟਾਈਮ ਹੈ ਜਦੋਂ ਹੀ ਪ੍ਰੋਸੈਸਿੰਗ ਟਾਈਮ ਖਤਮ ਹੋ ਜਾਏਗਾ ਉਹਦੀ ਟੈਸਟਿੰਗ ਤੋਂ ਬਾਅਦ ਵਿਭਾਗ ਵੱਲੋਂ ਇਸ ਨੂੰ ਲਾਂਚ ਕੀਤਾ ਜਾਏਗਾ ਜਿਸ ਦੀ ਜਾਣਕਾਰੀ ਆਪ ਜੀ ਦੇ ਕੋਲ ਪਹੁੰਚਦੀ ਕਰ ਦਿੱਤੀ ਜਾਵੇਗੀ ਉਦੋਂ ਤੱਕ ਆਪ ਜੀ ਨੂੰ ਇੰਤਜ਼ਾਰ ਕਰਨਾ ਪਵੇਗਾ ਜੀ ਟੀਮ ਜਲੰਧਰ ਇਸ ਐਪ ਦੇ ਪਿੱਛੇ ਕੰਮ ਕਰ ਰਹੀ ਮਾਜੋਕ ਟੀਮ ਮੈਂਬਰਸ ਦੇ ਨੰਬਰ ਹਾਂਜੀ ਸਰਦਾਰ ਜਸਵਿੰਦਰ ਸਿੰਘ ਜੀ ਡੀਐਮ ਮੈਥ ਹਰਜੀਤ ਕੁਮਾਰ ਜੀ ਡੀਐਮ ਸਾਇੰਸ ਚੰਦਰਸ਼ੇਖਰ ਜੀ ਡੀਐਮ ਇੰਗਲਿਸ਼ ਤੇ ਦੀਪਕਵਾ ਡੀਐਮ ਮੈਥ ਤੁਸੀਂ ਆਪਣੀ ਕੋਈ ਵੀ ਕੁਐਰੀ ਇਸ ਨਾਲ ਸੰਬੰਧਿਤ ਕੋਈ ਵੀ ਪ੍ਰਸ਼ਨ ਸਾਨੂੰ ਪੁੱਛ ਸਕਦੇ ਹੋ ਜੀ ਸਾਨੂੰ ਤੁਹਾਡੇ ਕੁਐਸਚਨ ਦਾ ਆਨਸਰ ਦਿੰਦੇ ਹੋਏ ਬਹੁਤ ਹੀ ਖੁਸ਼ੀ ਮਹਿਸੂਸ ਹੋਵੇਗੀ